ना मरासिया अपने हलके दे उम्मीदवार कौन ने ਕਿੱਥੋਂ ਨੇ ਇਹ ਸਭ ਪਤਾ ਕਿਵੇਂ ਲੱਗੂ ਉਤਰੇ ਐਸੇ ਸਵਾਲ ਦਾ ਹੱਲ ਤਾਂ ਇਲੈਕਸ਼ਨ ਕਮਿਸ਼ਨ ਨੇ ਕਰਤਾ ਉਹ ਕਿਦਾਂ ਉਹ ਇਲੈਕਸ਼ਨ ਕਮਿਸ਼ਨ ਨੇ KYC ਐਪ ਜਾਰੀ ਕੀਤੀ ਆ ਇਹ ਬੜਾ ਕਿਹੜੀ ਦੁਕਾਨ ਤੋਂ ਮਿਲੂ ਇਹ ਦੁਕਾਨ ਤੋਂ ਨਹੀਂ ਮਿਲਦੀ ਇਹ ਤੇਰੇ ਫੋਨ 'ਚ ਹੀ ਆ ਮੇਰੇ ਫੋਨ 'ਚ ਹਾਂ ਪਲੇ ਸਟੋਰ ਦੇ ਵਿੱਚ ਜਾ ਕੇ KYC ਮਤਲਬ ਨਾਓ ਯੂਅਰ ਕੈਂਡੀਡੇਟ ਐਪ ਡਾਊਨਲੋਡ ਕਰਨੀ ਆ ਉਹਦੇ ਤੋਂ ਪਤਾ ਲੱਗਦਾ ਉਮੀਦਵਾਰ ਬਾਰੇ ਸਾਰੀ ਜਾਣਕਾਰੀ ਨਾ ਮਰਾਸੀਆ ਆਪਾਂ KYC ਐਪ ਤੋਂ ਉਮੀਦਵਾਰਾਂ ਬਾਰੇ ਕਿਹੜੀ ਕਿਹੜੀ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਆ ਮਤਲਬ ਕਿ ਉਹਨਾਂ ਦੀ ਫੋਟੋ ਲੱਗੀ ਹੁੰਦੀ ਆ ਮਤਲਬ ਉਹਨਾਂ ਦੇ ਮੂੰਹ ਮੜੰਗੇ ਤੋਂ ਬੰਦਾ ਵਾਕਫ ਹੋ ਜਾਂਦਾ ਹੈ ਨਾਲੇ ਉਹਨਾਂ ਦਾ ਨਾਮ ਉਮਰ ਪਤਾ ਵੀ ਉਹ ਰਹਿਣ ਵਾਲੇ ਕਿੱਥੋਂ ਦੇ ਆ ਉਹਨਾਂ ਦੀ ਯੋਗਤਾ ਮਤਲਬ ਉਹ ਪੜ੍ਹੇ ਲਿਖੇ ਕਿੰਨੇ ਕਾ ਨਾਲੇ ਇਹ ਵੀ ਪਤਾ ਲੱਗਦਾ ਵੀ ਉਹਨਾਂ 'ਤੇ ਪਹਿਲਾਂ ਕੋਈ ਕੇਸ ਤਾਂ ਨਹੀਂ ਚੱਲਦਾ ਸੀ ਹਾਂ ਨਾਲੇ ਉਹਨਾਂ ਕੋਲ ਪ੍ਰੋਪਰਟੀ ਕਿੰਨੀ ਕਾ ਇਹ ਸਾਰੀ ਜਾਣਕਾਰੀ ਆ ਜਿਹੜੀ ਉਹ KYC ਐਪ ਤੋਂ ਉਮੀਦਵਾਰ ਬਾਰੇ ਪਤਾ ਲੱਗਦੀ ਆ ਹੁਣ ਤਾਂ ਆਪਾਂ ਘਰ ਬੈਠਿਆ ਐਪ ਡਾਊਨਲੋਡ ਕਰਕੇ ਆਪਦੇ ਹਲਕੇ ਦੇ ਉਮੀਦਵਾਰ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹਾਂ ਹਾਂ ਕਰੋਨੇ ਦੀਆਂ ਹਦਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ KYC ਐਪ ਜਾਰੀ ਕੀਤੀ ਆ ਇਲੈਕਸ਼ਨ ਕਮਿਸ਼ਨ ਨੇ ਬਈ ਕਰੋਨੇ ਦੀਆਂ ਹਦਾਇਤਾਂ ਨੂੰ ਧਿਆਨ 'ਚ ਰੱਖਣਾ ਬਣਦਾ ਹਾਂ ਹਾਂਜੀ ਤੁਸੀਂ ਵੀ ਹੁਣੇ ਫੋਨ ਚੱਕੋ ਤੇ KYC ਐਪ ਡਾਊਨਲੋਡ ਕਰੋ ਤੇ ਆਪਣੇ ਹਲਕੇ ਦੇ ਉਮੀਦਵਾਰ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ ਤੇ ਸਾਡੇ ਅਗਲੇ ਸੁਨੇਹੇ ਲਈ ਜੁੜੇ ਰਹੋ CO ਪੰਜਾਬ ਦੇ ਚੋਣ ਸੁਨੇਹਾ ਚੈਨਲ ਨਾਲ ਜੋ ਜਲੰਧਰ ਨਾਲ ਰੱਖਦੇ ਸਰੋਕਾਰ ਉਹ ਵੋਟ ਜ਼ਰੂਰ ਪਾਇਓ ਇਸ ਵਾਰ ਯਾਦ ਰੱਖਣਾ 10 ਮਈ 2023